ਬਿਕਰਮਜੀਤ ਨੂਰ ਦੀ ਮਿੰਨੀ ਕਹਾਣੀ ਦੀਪੀ ਦੀ ਦੁਆ ਦੀਪੀ ਦਾ ਸਾਰਾ ਦਿਨ ਧੀਆ ਵਾਂਗ ਬੀਤਿਆ ਸੀ ਉਹਨੂੰ ਸੁਰਿੰਦਰ ਸਰ ਬਹੁਤ ਵਧੀਆ ਲੱਗੇ ਸਨ ਸਥਾਨਕ ਆਮ ਜੈ ਅੰਗਰੇਜ਼ੀ ਮਾਧਿਅਮ ਸਕੂਲ ਵਿਖੇ 3 ਜਮਾਤ ਪੜਦੀ ਦੀਪੀ ਦੇ ਪੇਪਰ ਹੋ ਚੁੱਕੇ ਸਨ ਤੇ ਅੱਜ ਉਹ ਆਪਣੇ ਵੱਡੇ ਭਰਾ ਗੁਰਜੀਤ ਨਾਲ ਉਹਦੇ ਸਕੂਲ ਆ ਗਈ ਸੀ ਗੁਰਜੀਤ ਇਸ ਸਰਕਾਰੀ ਸਕੂਲ ਦਾ 5ਵੀਂ ਜਮਾਤ ਦਾ ਵਿਦਿਆਰਥੀ ਸੀ ਸੁਰਿੰਦਰ ਦੀ ਸਕੂਲ ਚ ਪਹਿਲੀ ਨਿਯੁਕਤੀ ਸੀ ਜਿਹਨੂੰ 6-7 ਮਹੀਨੇ ਹੋ ਚੁੱਕੇ ਸਨ ਇਸ ਥੋੜੇ ਜੇ ਅਰਸੇ ਦੌਰਾਨ ਜਿੱਥੇ ਉਹਨੇ ਬੱਚਿਆਂ ਨੂੰ ਮਾਨਸਿਕ ਸੰਤੁਸ਼ਟੀ ਪ੍ਰਦਾਨ ਕੀਤੀ ਸੀ ਉੱਥੇ ਉਹਨਾਂ ਦੇ ਮਾਪੇ ਵੀ ਖੁਸ਼ ਤੇ ਪ੍ਰਸੰਨ ਸਨ ਸੁਰਿੰਦਰ ਸ਼ਾਇਦ ਨਾ ਹੀ ਪੁੱਛਦਾ ਜੇਕਰ ਇੱਕ ਬਿਨਾ ਵਰਦੀ ਵਾਲੀ ਨਿੱਕੀ ਤੇ ਪਿਆਰੀ ਜੀ ਕੁੜੀ ਲਗਾਤਾਰ ਉਹਦੇ ਵੱਲ ਨਾਂ ਵੇਖ ਰਹੀ ਹੁੰਦੀ ਇਹ ਨਿੱਕੀ ਕੁੜੀ ਕੌਣ ਹੈ ਮਾਸਟਰ ਸੁਰਿੰਦਰ ਦੇ ਸੰਭਲਣ ਤੋਂ ਪਹਿਲਾਂ ਹੀ ਗੁਰਜੀਤ ਬੋਲ ਪਿਆ ਸੀ ਜੀ ਮੇਰੀ ਭੈਣ ਹੈ ਬਟੇ ਕੀ ਨਾਂ ਹੈ ਤੁਹਾਡਾ सुरेंद्र ਨੇ ਸ਼ਰਮिली ਜੀ ਕੁੜੀ ਦੇ ਨੇੜੇ ਜਾ ਕੇ ਪੁੱਛਿਆ ਸੀ ਜੀ ਦੀਪੀ ਕਹਿੰਦਿਆਂ ਕੁੜੀ ਦਾ ਚਿਹਰਾ ਲਾਲ ਹੋ ਗਿਆ ਸੀ ਇਸ ਤੋਂ ਬਾਅਦ ਆਧੁਨਿਕ ਤਕਨੀਕ अथवा ਸਹਾਇਕ ਸਮਗਰੀ ਦੀ ਮਦਦ ਨਾਲ ਉਹਨੇ ਪੜਾਉਣਾ ਜਾਰੀ ਰੱਖਿਆ ਸੀ ਇਸ ਸਕੂਲ 'ਚੋਂ ਤੋਂ ਪਹਿਲਾਂ ਦੋ ਹੋਰ ਅਧਿਆਪਕਾਵਾਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਸਨ ਵੱਡੇ ਬੱਚੇ सुरेंद्र ਨੂੰ ਦੱਸਿਆ ਕਰਦੇ ਕਿ ਮੈਡਮਾਂ ਤਾਂ ਕਦੇ ਵੀ ਸਕੂਲ ਦੇ ਸਮੇਂ ਤੇ ਪਹੁੰਚੀਆਂ ਹੀ ਨਹੀਂ ਸੁਰਿੰਦਰ ਦਾ ਸਕੂਲ ਦੇ ਵਕਤ ਤੋਂ 15-20 ਮਿੰਟ ਪਹਿਲਾਂ ਪਹੁੰਚ ਜਾਣਾ ਉਹਨਾਂ ਨੂੰ ਅਲੋ ਕਰ ਜਾਪਦਾ ਨਵੇਂ ਨੂੰ ਦੇਖ ਕੇ ਪੁਰਾਣੇ ਬਾਰੇ ਅਜਿਹੀ ਟਿੱਪਣੀ ਕਰਨੀ ਬੱਚਿਆਂ ਦੀ ਆਦਤ ਹੁੰਦੀ ਹੈ ਸ਼ੁਰੂ-ਸ਼ੁਰੂ 'ਚ ਸੁਰਿੰਦਰ ਨੇ ਯਕੀਨ ਨਹੀਂ ਸੀ ਕੀਤਾ ਪਰ ਉਹਨੂੰ ਜਲਦੀ ਪਤਾ ਲੱਗ ਗਿਆ ਕਿ ਬੱਚੇ ਗਲਤ ਨਹੀਂ ਸਨ ਨਵਾਂ ਸੈਸ਼ਨ ਸ਼ੁਰੂ ਹੋਣ ਤੇ ਗੁਰਜੀਤ ਬੇਸ਼ੱਕ ਹਾਈ ਸਕੂਲ 'ਚ ਜਾ ਦਾਖਲ ਹੋਇਆ ਸੀ ਪਰ ਦੀਪੀ ਦੀ ਇਸ ਜ਼ਿੱਦ ਕਾਰਨ ਕਿ ਮੈਂ ਤਾਂ ਸੁਰਿੰਦਰ ਸਰ ਕੋਲ ਪੜ੍ਹਾਂਗੀ ਚੌਥੀ ਜਮਾਤ 'ਚ ਇੱਥੇ ਆ ਗਈ ਸੀ ਸੁਰਿੰਦਰ ਦੀ ਵਿਦਿਆਕ ਯੋਗਤਾ ਪ੍ਰਾਇਮਰੀ ਪੱਧਰ ਨਾਲੋਂ ਬਹੁਤ ਉੱਚੀ ਸੀ ਇਸ ਲਈ ਪੜਾਹ ਹਟਣ ਉਪਰੰਤ ਉਹ ਕਦੇ-ਕਦੇ ਇਹ ਕਹਿ ਦਿੰਦਾ ਬੱਚਿਓ ਦੁਆ ਕਰਿਆ ਕਰੋ ਕਿ ਮੈਂ ਵੱਡੇ ਸਕੂਲ 'ਚ ਚਲਾ ਜਾਵਾਂ ਜੀ ਮੈਂ ਕਰਦੀ ਹੁੰਨੀ ਆ ਜੀ ਦੀਪੀ ਆਪਣੇ ਸੁਰਿੰਦਰ ਸਰ ਦੇ ਮੇਜ਼ ਦੇ ਕੋਲ ਜਾ ਕੇ ਕਹਿੰਦੀ ਬੇਸ਼ੱਕ ਬਾਕੀ ਜਮਾਤ ਦੇ ਬੱਚੇ ਠੀਕ ਹੈ ਜੀ ਬੋਲਦੇ ਦੀਪੀ ਦੀ ਵੈਸੇ ਵੀ ਇੱਥੇ ਆ ਕੇ ਕਾਇਆ ਕਲਪ ਹੋ ਗਈ ਸੀ ਪਿਛਲੇ ਸਕੂਲ 'ਚ ਜਿੱਥੇ ਉਹਦੇ ਕੁਝ ਪਿੜ ਪੱਲੇ ਨਹੀਂ ਸੀ ਪੈਂਦਾ ਹੁੰਦਾ ਉੱਥੇ ਉਹ ਸਭ ਤੋਂ ਵੱਧ ਅੰਕ ਲੰਦੀ ਤੇ ਉੱਕ ਦੇ ਗੈਰ ਹਾਜ਼ਰ ਵੀ ਤਾਂ ਨਹੀਂ ਸੀ ਹੁੰਦੇ ਸਰੰਦਰ ਨੇ ਆਪਣੀ ਵਿਦਿਆਕ ਯੋਗਤਾ 'ਚ ਹੋਰ ਵਾਅਦਾ ਕਰ ਲਿਆ ਸੀ ਇਧਰ ਦੀਪੀ ਦੀ ਦੁਆ ਵੀ ਕਾਰਗਰ ਸਿੱਧ ਹੋਈ ਸੀ ਉਹ ਲੈਕਚਰਰ ਬਣ ਕੇ ਨੇੜੇ ਦੇ ਕਿਸੇ ਸੀਨੀਅਰ ਸਕੂਲ 'ਚ ਚਲਾ ਗਿਆ ਸੀ ਪਰ ਉਹਨੂੰ ਪਿਛਲੇ ਸਕੂਲ ਦੇ ਬੱਚੇ ਬਹੁਤ ਯਾਦ ਆਉਂਦੇ ਖਾਸ ਕਰਕੇ ਦੀਪੀ ਸ਼ੁਰੂ-ਸ਼ੁਰੂ 'ਚ ਉਹਦਾ ਉੱਥੇ ਉੱਕਾ ਹੀ ਜੀ ਨਹੀਂ ਸੀ ਲੱਗਾ ਇੱਕ ਦਿਨ ਪੁੱਛਦੀ ਪੁੱਛਾਉਂਦੀ ਦੀਪੀ ਦੀ ਮੰਮੀ ਸਰੰਦਰ ਦੇ ਸਕੂਲ ਆ ਪਹੁੰਚੀ ਮਾਸਟਰ ਜੀ ਤੁਹਾਡੇ ਜਾਣ ਤੋਂ ਬਾਅਦ ਦੀਪੀ ਸਕੂਲ ਨਹੀਂ ਗਈ ਕਿੰਨੇ ਦਿਨ ਰੋਂਦੀ ਰਹੀ ਹੁਣ ਉਹਦਾ ਬੁਖਾਰ ਹੀ ਨਹੀਂ ਉਤਰਨ ਚਾਹੁੰਦਾ ਉਹ ਇੱਕੋ ਹੀ ਸਾਹ ਕਹਿ ਗਈ ਸੁਰਿੰਦਰ ਨੇ ਦੇਖਿਆ ਦੀਪੀ ਦੀ ਮੰਮੀ ਦੀਆਂ ਅੱਖਾਂ ਪਾਰ ਆਈਆਂ ਸਨ ਮੈਂ ਆਵਾਂਗਾ ਪਤਾ ਲੈਣ ਕਹਿੰਦੇ ਆ ਸੁਰਿੰਦਰ ਅੱਖਾਂ ਬੰਦ ਕਰਕੇ ਦੀਪੀ ਦੇ ਜਲਦੀ ਸਿਹਤਯਾਬ ਹੋ ਜਾਣ ਲਈ ਦੁਆ ਕਰਨ ਲੱਗ ਪਿਆ ਸੀ ਧੰਨਵਾਦ